ਸਤਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆਂ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਦੇ ਖਾਸ ਪ੍ਰਾਈਮ ਟਾਈਮ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਅਹਿਮ ਖਬਰਾਂ ਦੇ ਵਿੱਚ ਕਾਫੀ ਵੱਡੀ ਖਬਰ ਅਕਤਸ਼ਰੀ ਪਟਨਾ ਸਾਹਿਬ ਹਰਮੰਦਰ ਜੀ ਦੀ ਪ੍ਰਬੰਧਕੀ ਕਮੇਟੀ ਨੂੰ ਲੈ ਕੇ ਜਿਹੜਾ ਵਿਵਾਦ ਬਣਿਆ ਹੋਇਆ ਹੈ ਉਸ ਬਾਰੇ ਵੀ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਚੈਲੰਜ ਕੀਤਾ ਗਿਆ ਹੈ ਸਪਸ਼ਟੀਕਰਨ ਮੰਗਿਆ ਗਿਆ ਹੈ 2 ਦਿਨਾਂ ਦੇ ਵਿੱਚ ਜਵਾਬ ਮੰਗਿਆ ਗਿਆ ਕਿਸ ਨੇ ਚੈਲੰਜ ਕਰ ਦਿੱਤਾ ਕਿਸ ਨੇ ਜਵਾਬ ਮੰਗਿਆ ਤੇ ਕੀ ਕੀ ਸਵਾਲ ਪੁੱਛੇ ਨੇ ਸਾਰੀ ਖਬਰ ਤੁਹਾਨੂੰ ਅੱਜ ਦੇ ਖਾਸ ਪ੍ਰਾਈਮ ਟਾਈਮ ਦੇ ਵਿੱਚ ਦੱਸਾਂਗੇ ਪੰਜਾਬ ਦੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਪੰਜਾਬ ਦੇ ਵਿੱਚ ਧੁੰਦ ਤੇ ਠੰਡ ਦਿਨੋਂ ਦਿਨ ਵਧਣ ਲੱਗ ਪਈ ਹੈ ਪਟਿਆਲਾ ਸੰਗਰੂਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਸਵੇਰੇ ਸਵੇਰੇ ਦੇਖਣ ਨੂੰ ਮਿਲੀ ਹੈ ਸ਼ੁੱਕਰਵਾਰ ਤੋਂ ਲੈ ਕੇ ਹੁਣ ਆਉਂਦੀ 12 ਦਸੰਬਰ ਤੱਕ ਮੌਸਮ ਵਿਭਾਗ ਨੇ ਪੰਜਾਬ ਦੇ ਮਾਝਾ ਮਾਲਵਾ ਤੇ ਦੁਆਬਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ ਧੁੰਦ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਜਿਸ ਨਾਲ ਆਮ ਜਨ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ ਸਾਡੀ ਸਭ ਨੂੰ ਅਪੀਲ ਹੈ ਕਿ ਖਾਸ ਕਰਕੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਜਿੱਥੇ ਤੋਂ ਦਪੰਦ ਚਤਾਵਨੀ ਜਾਰੀ ਕੀਤੀ ਗਈ ਹੈ ਆਪੋ ਆਪਣਾ ਧਿਆਨ ਜ਼ਰੂਰ ਰੱਖਣ ਤਕਸ਼ਰੀ ਪਟਨਾ ਸਾਹਿਬ ਦੇ ਪ੍ਰਬੰਧਨ ਨੂੰ ਲੈ ਕੇ ਦੋ ਤੜਿਆਂ ਦੀ ਲੜਾਈ ਨੇ ਸਿੱਖ ਪੰਥ ਦੇ ਸਾਹਮਣੇ ਵੱਡੀ ਦੁਬਿਧਾ ਖੜੀ ਕਰ ਦਿੱਤੀ ਹੈ ਇੱਕ ਵਾਰ ਮੁੜ ਤੋਂ ਵੱਡਾ ਸਵਾਲ ਸਾਹਮਣੇ ਆਇਆ ਹੈ ਕਿ ਪੰਜ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਕੀ ਰੱਦ ਕਰ ਸਕਦੇ ਨੇ ਇਸ ਤੋਂ ਪਹਿਲਾਂ ਵੀ ਅਦਬੀ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਅਜਿਹਾ ਕੀਤਾ ਸੀ ਪਰ ਇਸ ਨੂੰ ਸਿੱਖ ਪੰਥ ਨੇ ਮਨਜ਼ੂਰ ਨਹੀਂ ਕੀਤਾ ਸੀ ਹੁਣ 6 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੈਵ ਦੇ ਉਪਰ ਬੰਦ ਕੀ ਢਾਂਚੇ ਅਤੇ ਦੋ ਸਾਬਕਾ ਜਥੇਦਾਰਾਂ ਤੇ ਸੁਣਾਏ ਗਏ ਸਖਤ ਫੈਸਲੇ ਨੂੰ ਤਕਸਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਰੱਦ ਕਰ ਦਿੱਤਾ ਹੈ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸ਼੍ਰੀ ਕਾਲਤਾਖਸਬ ਦੇ ਜਥੇਦਾਰ ਦੇ 6 ਦਸੰਬਰ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਦੋ ਦਿਨਾਂ ਦੇ ਅੰਦਰ ਅੰਦਰ ਜਥੇਦਾਰ ਕੋਲੋਂ ਹੀ ਸਪਸ਼ਟੀਕਰਨ ਮੰਗ ਲਿਆ ਹੈ ਪੰਜ ਪਿਆਰਿਆਂ ਨੇ ਚਿੱਠੀ ਲਿਖ ਕੇ ਕਿਹਾ ਕਿ ਤੁਸੀਂ 6 ਦਸੰਬਰ ਨੂੰ ਪ੍ਰਬੰਧਕੀ ਬੋਰਡ ਨੂੰ ਤਲਬ ਕਰਕੇ ਕੁਝ ਫੈਸਲੇ ਸੁਣਾਏ ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਇਸ ਕਰਕੇ ਅਸੀਂ ਤੁਹਾਡੇ ਫੈਸਲੇ ਨੂੰ ਰੱਦ ਕਰਦੇ ਹਾਂ ਉਨਾ ਤਰਕ ਦਿੱਤਾ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਸੰਵਿਧਾਨ ਦੇ ਆਰਟੀਕਲ 79 ਦੇ ਮੁਤਾਬਿਕ ਕਿਸੇ ਵੀ ਧਾਰਮਿਕ ਵਿਵਾਦ ਨੂੰ ਜਦੋਂ ਤੱਕ ਪ੍ਰਬੰਧਕ ਕਮੇਟੀ ਲਿਖਤੀ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਦਿੰਦੀ ਉਸ ਵੇਲੇ ਤੱਕ ਤੁਸੀਂ ਦਖਲ ਨਹੀਂ ਦੇ ਸਕਦੇ ਹੋ ਪੰਜ ਪਿਆਰਿਆਂ ਨੇ ਕਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪੁਰਾਤਨ ਮਰਿਆਦਾ ਲਾਗੂ ਹੁੰਦੀ ਹੈ ਇਸ ਲਈ ਕਿਸੇ ਵੀ ਤਖਤ ਵੱਲੋਂ ਲਿਆ ਗਿਆ ਫੈਸਲਾ ਤਖਤ ਸ੍ਰੀ ਪਟਨਾ ਸਾਹਿਬ ਤੇ ਲਾਗੂ ਨਹੀਂ ਹੁੰਦਾ ਪੰਜ ਪਿਆਰਿਆਂ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ ਵੱਲੋਂ ਹੀ ਸਪਸ਼ਟੀਕਰਨ ਮੰਗ ਲਿਆ ਪਹਿਲਾ ਇਹ ਪੁੱਛਿਆ ਕਿ 2 ਦਸੰਬਰ 2022 ਨੂੰ ਤੁਹਾਡੇ ਵੱਲੋਂ ਭੇਜੀ ਗਈ ਚਿੱਠ ਕਿ ਰਣਜੀਤ ਸਿੰਘ ਗੋਹਰ ਦੇ ਨਾਲ ਤੁਸੀਂ ਜਥੇਦਾਰ ਨਾਮ ਕਿਉਂ ਜੋੜਿਆ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਤੁਸੀਂ ਬੋਰਡ ਦੇ ਮੈਂਬਰਾਂ ਨੂੰ ਕਿਸ ਆਧਾਰ ਤੇ ਤਲਬ ਕੀਤਾ ਤੁਸੀਂ ਕਿਸ ਆਧਾਰ ਤੇ ਬੋਰਡ ਨੂੰ ਬਹੁਮਤ ਸਾਬਿਤ ਕਰਨ ਦੇ ਨਿਰਦੇਸ਼ ਦਿੱਤੇ ਤੁਹਾਡੇ ਵੱਲੋਂ ਇੱਕ ਪੱਖ ਨੂੰ ਸਾਜ਼ਿਸ਼ ਅਧੀਨ ਨੀਵਾ ਵਿਖਾਇਆ ਗਿਆ ਜ਼ਲੀਲ ਕੀਤਾ ਗਿਆ ਤੁਹਾਡੇ ਵੱਲੋਂ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਹੈ ਉਹ ਕਿਸ ਆਧਾਰ ਨਾਲ ਬਣੀ ਹੈ ਤੁਸੀਂ ਭਾਈ ਬਲਦੇਵ ਸਿੰਘ ਦੀ 38 ਸਾਲ ਦੀ ਸੇਵਾ ਨੂੰ ਕਿਵੇਂ ਨਜ਼ਰਅੰਦਾਜ਼ ਕਰਕੇ ਉਹਨਾਂ ਦੇ ਖਿਲਾਫ ਸਖਤ ਸ਼ਬਦਾਂ ਦੀ ਵਰਤੋਂ ਕੀਤੀ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਇਹ ਕਿੱਥੋਂ ਤੱਕ ਜਾਇਜ਼ ਹੈ ਪੰਜਵਾਂ ਸਵਾਲ ਪੁੱਛਿਆ ਕਿ ਤਖਤ ਸਾਹਿਬ ਦੇ ਸਮੂਹ ਮੁਲਾਜ਼ਮਾਂ ਤੇ ਕਿਸ ਤੱਥ ਦੇ ਆਧਾਰ ਤੇ ਨਸ਼ਾ ਕਰਨ ਦੇ ਝੂਠੇ ਇਲਜ਼ਾਮ ਲਾ ਕੇ ਅਪਮਾਨਿਤ ਕੀਤਾ ਗਿਆ ਹੈ ਸੋ ਪੰਜ ਪਿਆਰੇ ਨੇ ਤਖਤਰੀ શ્રી ਕਾਲਕ ਤਖਤ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਤੋਂ 2 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਹੈ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਤੁਸੀਂ ਅੱਗੇ ਤੋਂ ਤਖਤਰੀ ਹਰਮੰ ਕਿਸੇ ਪ੍ਰਕਾਰ ਦੇ ਫੈਸਲੇ ਵਿੱਚ ਕੋਈ ਆਦੇਸ਼ ਜਾਰੀ ਨਹੀਂ ਕਰੋਗੇ ਜੇ ਕਰਦੇ ਹੋ ਤਾਂ ਉਹ ਅਸੀਂ ਨਹੀਂ ਮੰਨਾਂਗੇ ਸੋ ਇਸ ਚਿੱਠੀ ਤੇ ਪੰਜ ਪਿਆਰਿਆਂ ਦੇ ਸਿਗਨੇਚਰ ਕੀਤੇ ਗਏ ਨੇ ਪਿਆਰੇ ਗੁਰਦੇਵਾਲ ਸਿੰਘ ਸੀਨੀਅਰ ਮੀਤ ਗ੍ਰੰਥੀ ਬਲਦੇਵ ਸਿੰਘ ਹੈੱਡ ਗ੍ਰੰਥੀ ਪਰਸ਼ੂਰਾਮ ਸਿੰਘ ਗ੍ਰੰਥੀ ਜਸਵੰਤ ਸਿੰਘ ਗ੍ਰੰਥੀ ਅਮਰਜੀਤ ਸਿੰਘ ਗ੍ਰੰਥੀ ਇਹਨਾਂ ਨੇ ਹਸਤਾਖਰ ਕੀਤੇ ਨੇ ਹਾਲਾਂਕਿ 2 ਦਿਨ ਪਹਿਲਾਂ ਹੀ ਸ਼੍ਰੀ ਕਲਤਕ ਸਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਾਇਆ ਸੀ ਕਿ ਕੁਝ ਹੁੱਲੜਬਾਜ਼ ਤਨਖਾਈਆ ਇਕਬਾਲ ਸਿੰਘ ਦੇ ਇਸ਼ਾਰੇ ਤੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਨੇ ਬਿਹਾਰ ਸਰਕਾਰ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਇਕਬਾਲ ਜੇ ਜੇਹੇ ਮਾਹੌਲ ਨੂੰ ਰੋਕਿਆ ਨਾ ਗਿਆ ਤਾਂ ਪੰਜਾਬ ਨਹੀਂ ਪੂਰੇ ਦੇਸ਼ ਤੋਂ ਸੰਗਤਾ ਪਟਨਾ ਸਾਹਿਬ ਪਹੁੰਚਣਗੀਆਂ ਇਸ ਉਲਝੇ ਹੋਏ ਮਸਲੇ ਤੇ ਖਬਰਾਂ ਪੜੇ ਜਾਣ ਤੱਕ ਸ਼੍ਰੀ ਕਲਤਕ ਸਹਿਬ ਵੱਲੋਂ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ ਸੰਸਦ ਦਾ ਸਰਦ ਰੁੱਤ ਇਜਲਾਸ ਚੱਲ ਰਿਹਾ ਹੈ ਸੈਸ਼ਨ ਦੇ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਤੋਂ ਰਾਸਵਾ ਮੈਂਬਰ ਰਾਗਵ ਚੱਡਾ ਨੇ ਕਰਤਾਰਪੁਰ ਸਾਹਿਬ ਦੀ ਯਾਤਰਾ ਦੇ ਲਈ ਭਾਰਤੀ ਸੰਗਤੇ ਜਿਹੜੀ ਸ਼ਰਤ ਲਾਈ ਗਈ ਹੈ ਪਾਸਪੋਰਟ ਦੀ ਉਸ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ ਨਾਲ ਹੀ 20 ਡਾਲਰ ਦੀ ਜਿਹੜੀ ਫੀਸ ਲਈ ਜਾਂਦੀ ਹੈ ਹਰੇਕ ਸ਼ਰਧਾਲੂ ਦੇ ਵੱਲੋਂ ਉਸ ਨੂੰ ਵੀ ਬੰਦ ਕਰਨ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਰਾਗਵ ਚੱਡਾ ਨੇ ਆਨਲਾਈਨ ਪ੍ਰਕਿਰਿਆ ਨੂੰ ਸੌਖਾ ਬਣਾਉਣ ਦੀ ਵੀ ਮੰਗ ਕੀਤੀ ਹੈ ਪਹਿਲੀ ਸਮੱਸਿਆ ਹੈ ਸਰ ਪਾਸਪੋਰਟ ਕੀ ਆਪਕੋ ਪਾਸਪੋਰਟ ਹੋਣਾ ਆਪਕੇ ਪਾਸ ਅਨਿਵਾਰ ਹੈ ਅਗਰ ਪਾਸਪੋਰਟ ਨਹੀਂ ਹੈ तो आप वो लांघा पार करके श्री करतारपुर साहब नहीं जा सकते आपको इजाजत नहीं दी जाती है मुझे लगता है कि अगर भारत सरकार पाकिस्तान की सरकार से बातचीत करे ये मुद्दा उठाए जब लांघा खोलाई है जब संगत के लिए एक फैसिलिटी तैयार करी है कि वो गुरु घर में जाकर मत्था टेक सके दर्शन कर सके तो इस पासपोर्ट की जो कंडीशन है इसे वेव किया जाए आधार कार्ड जैसे किसी भी आइडेंटिटी कार्ड को इसे वैलिड आईडी कार्ड बनाकर इस्तेमाल किया जाना चाहिए दूसरी बड़ी समस्या यह है सर कि आज हर श्रद्धालु को 20 डॉलर की फीस देनी पड़ती है आज डॉलर वैसे ही आप जानते हैं कि 80 के पार हो चुका है कि 20 डॉलर की जो फीस है इसे वेव किया जाए और संगत के हर सदस्य को वहां जाने की अनुमति दी जाए और आखिरी आखिरी समस्या है सर जो रजिस्ट्रेशन का ऑनलाइन प्रोसेस है वो बड़ा मुश्किल है कंबरसम है ਉਸੇ ਸਰਲ ਕੀਤਾ ਜਾਏ ਤਾਂਕਿ ਸੰਗਤ ਔਰ ਗੁਰੂ ਘਰ ਦੇ ਵਿਚ ਮੇ ਜਿਤਨੀ ਦੂਰੀਆਂ ਵੋ ਮਿਟਾਈ ਜਾਏ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸ਼ੁਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਇਸ ਬਾਰੇ ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਉਹਨਾਂ ਨੇ ਸਰਹੱਦ ਤੇ ਕੰਡਿਆਲੀਆਂ ਤਾਰਾਂ ਨੂੰ ਤਬਦੀਲ ਕਰਨ ਲਗਾਤਾਰ ਵਧਦੀਆਂ ਡਰੋਂਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਪੁਲਿਸ ਨੂੰ ਹੋਰ ਮਜ਼ਬੂਤ ਕਰਨ ਅਤੇ ਸਭ ਤੋਂ ਅਹਿਮ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੇ ਲਈ ਕਾਨੂੰਨ ਵਿੱਚ ਸੋਧ ਕਰਨ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹਾਲਾਂਕਿ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਪੰਜਾਬ ਦਾ ਜਿਹੜਾ ਪਿੰਡੂ ਵਿਕਾਸ ਫੰਡ ਹੈ ਦੇਹਾਤੀ ਵਿਕਾਸ ਫੰਡ ਹੈ ਉਸ ਨੂੰ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਰੋਕਿਆ ਜਾ ਰਿਹਾ ਹੈ ਉਸ ਨੂੰ ਮੁਰ ਤੋਂ ਰਿਲੀਜ਼ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਮੀਟਿੰਗ ਕਰਨਗੇ ਪਰ ਉਹਨਾਂ ਨੇ ਟਵੀਟ ਦੇ ਵਿੱਚ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਦਿੱਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਵੇਸ਼ਕਾਂ ਦੀ ਇੱਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਈਵੀ ਪਾਲਿਸੀ ਦੀ ਸ਼ੁਰੂਆਤ ਹੋ ਰਹੀ ਹੈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਵਿਦੇਸ਼ੀ ਕੰਪਨੀਆਂ ਦਿਲਚਸਪੀ ਦਿਖਾ ਰਹੀਆਂ ਨੇ ਕਈਆਂ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਵਰਬਿਓ ਵੱਲੋਂ ਪ੍ਰਾਲੀ ਤੋਂ ਬਾਇਓ ਗੈਸ ਪਲਾਂਟ ਸਥਾਪਿਤ ਕੀਤਾ ਗਿਆ ਤੇ ਟਾਟਾ ਸਟੀਲ ਵੀ ਲੁਧਿਆਣਾ ਦੇ ਵਿੱਚ ਪਲਾਂਟ ਸਥਾਪਿਤ ਕਰੇਗੀ ਮੰਨੇ ਕਿਹਾ ਕਿ ਕਾਰਖਾਨੇਦਾਰਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਘਟ ਕਰਨ ਦੇ ਲਈ ਸਿਸਟਮ ਨੂੰ ਅਪਡੇਟ ਕੀਤਾ ਜਾਵੇਗਾ ਰਜਿਸਟਰੀ ਦੇ ਨਾਲ-ਨਾਲ ਹੋਰ ਸਾਰੀਆਂ ਕਾਗਜ਼ੀ ਕਾਰਵਾਈਆਂ ਵੀ ਪੂਰੀਆਂ ਕੀਤੀਆਂ ਜਾਣਗੀਆਂ ਵਪਾਰ ਕਰਨ ਦੀ ਸੌਖਤ ਲਈ ਉਦਯੋਗਿਕ ਨੀਤੀ ਅਤੇ ਸਿੰਗਲ ਵਿੰਡੋ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਐਨਓਸੀ ਸੀਐਲਯੂ ਤੇ ਪ੍ਰਦੂਸ਼ਣ ਦੇ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਜ਼ਮੀਨ ਦੀ ਰਜਿਸਟਰੀ ਦੇ ਇੱਕ ਦਿਨ अपना काम शुरू कर सकेंगे मैं ये चाहता हूं कि तीन यूनिट का परमिशन लेने आए मैं चार का दूंगा बस रोजगार बैठा लड़के लड़कियों को काम दे दो और अगर कोई ड्रग्स की प्रॉब्लम है उसका हल भी यही है रोजगार मैं किसी ऐसे लड़के को नहीं जानता या मेरी रिश्तेदारी में कोई भी नहीं जानता हुआ जो काम भी करता हो और ड्रग भी लेता हूँ ये तो जब काम नहीं मिलता तो बुरी संगत में चले जाते हैं तो मेरा मकसद भी यही है आप लोग आइए आप लोग लड़के लड़कियों को काम दीजिए स्किल्ड लड़के लड़कियाँ हैं और डेडिकेशंस के साथ अपनी तो आपका फैक्ट्री में या आपके यूनिट में काम करेंगे और गवर्नमेंट की कोई प्रॉब्लम जो है वो हमारे ऊपर है और हम अभी आ, पूना चेन्नई मुंबई भी जा रहे हैं वहाँ भी इन चीज़ों से मिलेंगे और मैं ये चाहता हूँ सिर्फ एम तक ना रह जाए इससे पहले वाले एम तक रह जाते हैं ठीक है न हम कहते हैं कि कुछ आए धरती पे भी कुछ ਉਹ ਕਾਗਜ਼ ਨਹੀਂ ਨਿਹਾ ਲੈ ਰਹੇ ਕੋਈ ਮਾਨ ਨੇ ਦਾਵਾ ਕੀਤਾ ਕਿ ਪੰਜਾਬ ਅਜਿਹਾ ਸੂਬਾ ਬਣੇਗਾ ਜ ਜਿਹਦੇ ਕੋਲ ਆਪਣੀਆਂ ਰੇਲਾਂ ਹੋਣਗੀਆਂ ਇਸ ਦੇ ਲਈ ਉਹਨਾਂ ਨੇ ਕਿਹਾ ਕਿ ਰੇਲਵੇ ਮੰਤਰਾਲੇ ਦੇ ਨਾਲ ਗੱਲ ਚੱਲ ਰਹੀ ਹੈ ਲੁਧਿਆਣੇ ਨੂੰ ਨੇੜਲੀਆ ਬੰਦਰਗਾਹਾਂ ਦੇ ਨਾਲ ਜੋੜਨ ਲਈ ਪੰਜਾਬ ਔਨ व्हील्स ਨਾਮ ਦੀਆਂ ਰੇਲਾਂ ਪੰਜਾਬ ਸਰਕਾਰ ਖਰੀਦੇਗੀ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ EV ਯਾਨੀ ਕਿ ਇਲੈਕਟ੍ਰਿਕ ਵਾਹਨਾਂ ਦੇ ਵੀ ਛੇਤੀ ਸ਼ੁਰੂਆਤ ਹੋਵੇਗੀ ਇਸ ਦੇ ਲਈ ਮਾਨ ਨੇ ਸਾਰੇ ਜਿਹੜੇ ਉਦਯੋਗਪਤੀ ਨੇ ਉਹਨਾਂ ਤੋਂ ਸਹਿਯੋਗ ਦੀ ਉਮੀਦ ਵੀ ਕੀਤੀ ਉਹਨਾਂ ਭਾਰਤੀਆਂ ਦੇ ਲਈ ਥੋੜੀ ਰਾਹਤ ਵਾਲੀ ਖਬਰ ਹੈ ਜਿਨ੍ਹਾਂ ਨੇ ਅਮਰੀਕਾ ਦੇ ਜਾਂ ਤਾਂ ਸਟੂਡੈਂਟ ਦੇ ਅਪਲਾਈ ਕੀਤੇ ਹੋਏ ਹਨ ਜਾਂ ਫਿਰ ਉਹਨਾਂ ਨੇ ਅਮਰੀਕਾ ਦੀ ਜਿਹੜੀ ਸਿਟੀਜ਼ਨਸ਼ਿਪ ਲੈਣ ਦੇ ਲਈ ਅਪਲਾਈ ਕੀਤਾ ਹੋਇਆ ਹੈ। ਦਰ ਇਸ ਵਾਈਟ ਹਾਊਸ ਤੋਂ ਖਬਰ ਆਈ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਭਾਰਤ ਦੇ ਵਿੱਚ ਵੀਜ਼ਾ ਅਰਜ਼ੀ ਪ੍ਰਕਿਰਿਆ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਹੈ ਉਸ ਤੋਂ ਚੰਗੀ ਤਰ੍ਹਾਂ ਜਾਣੂ ਹੈ ਤੇ ਵੀਜ਼ਾ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਵਾਈਟ ਹਾਊਸ ਦੀ ਅਗਵਾਈ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਪ੍ਰਸ਼ਾਸਨ ਪੂਰਾ ਕੰਮ ਕਰ ਰਿਹਾ ਹੈ। ਯਾਨੀ ਕਿ ਜਿਹੜੀਆਂ ਫਾਈਲਾਂ ਤੁਸੀਂ ਲਾਈਆਂ ਹੋਈਆਂ ਉਨ੍ਹਾਂ ਦੇ ਵਿੱਚ ਦੇਰੀ ਹੋ ਰਹੀ ਹੈ ਉਹ ਹੁਣ ਛੇਤੀ ਪ੍ਰੋਸੈਸ ਹੋ ਸਕਦੀਆਂ ਨੇ ਅਮਰੀਕਾ ਦੀ ਸਰਕਾਰ ਦੇ ਨਜ਼ਰ ਦੇ ਵਿੱਚ ਇਹ ਗੱਲ ਹੈ ਖੇਮ ਕਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵੰਤ ਸਿੰਘ ਧੁੰਨ ਦੇ ਇੱਕ ਨਜ਼ਦੀਕੀ ਲੀਡਰ ਗੁਰੂ ਸਾਹਿਬ ਰਾਜੂਕੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਅਫਸਰਾਂ ਨੂੰ ਸਿੱਧੀ ਸਿੱਧੀ ਧਮਕੀ ਦਿੱਤੀ ਹੈ ਰਾਜੂਕੇ ਆਪਣੇ ਆਪ ਨੂੰ ਖੇਮ ਕਰਨ ਦੇ ਵਿਧਾਇਕ ਸਰਵੰਤ ਸਿੰਘ ਧੁੰਨ ਦਾ ਭਰਾ ਦੱਸ ਰਿਹਾ ਹੈ ਅਤੇ ਅਫਸਰਾਂ ਨੂੰ ਧਮਕੀ ਦਿੰਦੇ ਹੋਏ ਕਹਿ ਰਿਹਾ ਹੈ ਕਿ ਜੇਕਰ ਉਹਨਾਂ ਨੇ ਸਾਡੇ ਕੰਮ ਨਾ ਕੀਤੇ ਤਾਂ ਨੰਗਾ ਕਰਕੇ ਕੁੱਟਾਂਗੇ ਰਾਜੂਕੇ ਨੇ ਕਿਹਾ ਕਿ ਵਿਧਾਇਕ ਸਰਵੰਤ ਸਿੰਘ ਕਾਲੀ ਦੇ ਸਾਬਕਾ ਵਿਦਿਆਕ ਵਰਸਾ ਸਿੰਘ ਬਲਟੋਹਾ ਦੀ ਵਾਂਗੂ ਉਹਨਾਂ ਨੂੰ ਧਮਕਾਉਂਦਾ ਨਹੀਂ ਹੈ ਇਸ ਲਈ ਉਹ ਸਾਡੇ ਕੰਮ ਨਹੀਂ ਕਰਦੇ ਤੇ ਜੇ ਹਫਤੇ ਦੇ ਅੰਦਰ-ਅੰਦਰ ਸਾਡੇ ਕੰਮ ਨਾ ਕੀਤੇ ਤਾਂ ਇਸੇ ਤਰ੍ਹਾਂ ਕੁੱਟਾਂਗੇ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਹੈ ਰਾਜੂ ਕੇ ਦੇ ਇਸ ਬਿਆਨ ਤੇ ਹੁਣ ਵਿਧਾਇਕ ਸਰਵੰਤ ਸਿੰਘ ਧੁੰ ਦਾ ਬਿਆਨ ਵੀ ਸਾਹਮਣੇ ਆਇਆ ਹੈ ਸਫਾਈ ਦਿੰਦਿਆਂ ਸਰਵੰਤ ਸਿੰਘ ਧੁੰ ਨੇ ਕਿਹਾ ਕਿ ਰਾਜੂ ਕੇ ਮਾਨਸਿਕ ਤੌਰ ਤੇ ਬਿਮਾਰ ਹੈ ਤੇ ਸ਼ਰਾਬ ਪਿੰਡ ਦਾ ਆਦੀ ਹੈ ਉਹਨਾਂ ਸਪਸ਼ਟ ਕੀਤਾ ਕਿ ਉਹ ਰਾਜੂ ਕੇ ਨੂੰ ਜਾਣ ਦਾ ਜ਼ਰੂਰ ਹੈ ਪਰ ਉਸ ਦੀ ਧਮਕੀ ਦਾ ਸਮਰਥਨ ਨਹੀਂ ਕਰਦਾ ਕਹਿੰਦੇ ਮੈਂ ਕਈ ਵਾਰੀ ਰਾਜੂ ਕੇ ਦੇ ਪਰਿਵਾਰ ਨੂੰ ਇਸ ਦਾ ਇਲਾਜ ਕਰਵਾਉਣ ਦੇ ਲਈ ਵੀ ਕਹਿ ਚੁੱਕਿਆ ਹਾਂ ਇਸ ਦਰਮਿਆਨ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਰਸ ਸਿੰਘ ਬਲਟੋਹਾ ਨੇ ਦਾਵਾ ਕੀਤਾ ਕਿ ਗੁਰੂ ਸਾਹਿਬ ਰਾਜੂ ਕੇ ਵਿਧ ਤੋਂ ਦਾ ਨਜ਼ਦੀਕੀ ਸਾਥੀ ਹੈ April 2021 ਵਿੱਚ Raghav Chadha ਨੇ hi Sarwant Singh Thon ਦੇ ਨਾਲ Guru Saab Raju Ke ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਸੀ ਬਲਟੋਆ ਨੇ ਮੰਗ ਕੀਤੀ ਹੈ ਕਿ ਅਫਸਰਾਂ ਨੂੰ ਧਮਕਾਉਣ ਤੇ Raju Ke ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਅਤੇ ਵਿਧਾਇਕ Sarwant Singh Thon ਹੈ ਜਿਹੜਾ ਉਹ ਮਾਫੀ ਮੰਗੇ ਇਸੇ ਤਰ੍ਹਾਂ ਮਾਝੇ ਤੋਂ ਅੰਮ੍ਰਿਤਸਰ ਦੇ اٹਾਰੀ ਦੇ ਪਿੰਡ ਮਾਲੂਵਾਲ ਤੋਂ ਵੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਖਿਲਾਫ ਇੱਕ ਖਬਰ ਆਈ ਹੈ ਯਾਨੀ ਕਿ ਵਿਵਾਦਿਤ ਖਬਰ ਆਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ Jaswinder Singh ਦੀ ਲੋਕਾਂ ਨੇ ਨਸ਼ੇ ਅਤੇ ਬੇਅਦਬੀ ਦੇ ਮੁੱਦੇ ਤੇ ਚੰਗੀ ਕਲਾਸ ਲਾਈ ਹੈ ਦਰਅਸਲ ਜਿਵੇਂ ਤਾਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵਿੰਦਰ ਸਿੰਘ ਪਿੰਡ ਮਾਲੂਵਾਲ ਚ ਦਾਖਲ ਹੋਏ ਤਾਂ ਸਭ ਤੋਂ ਪਹਿਲਾਂ ਜਨਤਾ ਨੇ ਉਹਨਾਂ ਤੋਂ ਲੇਟ ਆਉਣ ਦਾ ਸਵਾਲ ਪੁੱਛਿਆ ਉਸ ਤੋਂ ਬਾਅਦ ਲੋਕਾਂ ਨੇ ਇਲਾਕੇ ਵਿੱਚ ਨਸ਼ੇ ਦੀ ਹਾਲਤ ਨੂੰ ਲੈ ਕੇ ਵਿਧਾਇਕ ਜਸਵਿੰਦਰ ਸਿੰਘ ਨੂੰ ਤਿੱਖੇ ਸਵਾਲ ਕੀਤੇ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਤਾਂ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਨਸ਼ਾ ਹੋਰ ਵੀ ਵੱਧ ਗਿਆ ਹੈ ਨਸ਼ਾ ਸਮਗਲਰਾਂ ਨੂੰ ਅਗਲੇ ਦਿਨ ਹੀ ਪੁਲਿਸ ਛੱਡ ਦਿੰਦੀ ਹੈ ਕੋਈ ਕਾਰਵਾਈ ਨਹੀਂ ਕਰਦੀ ਪਿੰਡ ਵਾਲੇ ਚਾਹੇ ਕਿੰਨੇ ਮਰਜੀ ਤਸਕਰ ਫੜਾਈ ਜਾਣ ਤਵਿਦਾ ਇੱਕ ਸਾਬ ਨੇ ਲੋਕਾਂ ਤੋਂ ਨਸ਼ਾ ਵੇਚਣ ਵਾਲਿਆਂ ਦੇ ਨਾਮ ਮੰਗੇ ਤਾਂ ਇੱਕ ਵਿਅਕਤੀ ਨੇ ਕਿਹਾ ਕਿ ਅਸੀਂ ਕਿਵੇਂ ਦੱਸ ਦਈਏ ਉਹ ਸਾਨੂੰ ਉਲਟਾ ਠੋਕ ਦੇਣਗੇ ਸਾਡੀ ਸੁਰੱਖਿਆ ਕੌਣ ਕਰੇਗਾ ਫਿਰ ਲੋਕਾਂ ਦੇ ਵਿੱਚੋਂ ਇੱਕ ਹੋਰ ਵਿਅਕਤੀ ਨੇ ਉੱਠ ਕੇ ਕਿਹਾ ਕਿ ਉਸਨੇ ਦੋ ਨਸ਼ਾ ਸਮਗਲਰਾਂ ਨੂੰ ਪੁਲਿਸ ਕੋਲ ਫੜਵਾਇਆ ਸੀ ਪਰ ਉਸ ਦੇ ਖਿਲਾਫ ਕੋਈ ਪਰਚਾ ਨਹੀਂ ਹੋਇਆ ਐਨਾ ਹੀ ਨਹੀਂ ਲੋਕਾਂ ਨੇ ਇਹ ਵੀ ਕਿਹਾ ਕਿ ਸਾਨੂੰ ਗਲੀਆਂ ਨਵੀਆਂ ਨਹੀਂ ਚਾਹੀਦੀਆਂ ਸਾਡੇ ਇਲਾਕੇ 'ਚੋਂ ਨਸ਼ਾ ਖਤਮ ਹੋਣਾ ਚਾਹੀਦਾ ਹੈ ਬੇਅਦਬੀ ਦਾ ਇਨਸਾਫ ਮਿਲਣਾ ਚਾਹੀਦਾ ਹੈ ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਕੇਂਦਰੀ ਜੇਲ੍ਹ ਦੇ ਵਿੱਚ ਹਵਾਲਾਤੀ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਪਿਤਾ ਨੇ ਹੀ ਕਥਿਤ ਤੌਰ ਤੇ ਆਪਣੇ ਪੁੱਤ ਨੂੰ ਚਿੱਟਾ ਦੇਣ ਦਾ ਦੇਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਦਾਵਾ ਕੀਤਾ ਹੈ ਕਿ ਉਸਨੇ ਚਿੱਟੇ ਦਾ ਨਸ਼ੀਲਾ ਪਦਾਰਥ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਪਿਤਾ ਅਤੇ ਹਵਾਲਾਤੀ ਦੇ ਖਿਲਾਫ ਯਾਨੀ ਕਿ ਦੋਵਾਂ ਪਿਓ ਪੁੱਤਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਮਠੰਡਾ ਕੇਂਦਰੀ ਜੇਲ੍ਹ ਦੇ ਸਹਾਇਕ 100% ਦੇ ਬਿਆਨ ਤੇ ਥਾਣਾ ਕੈਂਟ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਪਤਾ ਲੱਗਿਆ ਕਿ ਕੇਂਦਰੀ ਜੇਲ੍ਹ ਦੇ ਵਿੱਚ ਹਵਾਲਾਤੀ ਜੀਵਨ ਸਿੰਘ ਦੇ ਨਾਲ ਉਸ ਦਾ ਪਿਤਾ ਸੁਖਦੇਵ ਸਿੰਘ ਮਹਿਸ ਮੁਲਾਕਾਤ ਕਰਨ ਦੇ ਲਈ ਪਹੁੰਚਿਆ ਸੀ ਪਰ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਤੇ ਜੇ ਸੱਚਮੁੱਚ ਹੀ ਇੱਕ ਪਿਓ ਹਵਾਲਾਤ ਦੇ ਵਿੱਚ ਬੈਠੇ ਆਪਣੇ ਪੁੱਤਰ ਨੂੰ ਨਸ਼ਾ ਦੇਣ ਦੇ ਲਈ ਪਹੁੰਚਿਆ ਸੀ ਤਾਂ ਇਸ ਨੂੰ ਪੰਜਾਬ ਦੀ ਤਰਾਸਤੀ ਹੀ ਕਿਹਾ ਜਾਵੇਗਾ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਸਤਰੀ ਬਾਲ ਵਿਕਾਸ ਵਿਭਾਗ ਦੇ ਵੱਲੋਂ ਸਾਰੇ ਦਿਵਿਆਂਗ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਅੰਗਹੀਣਤਾ ਸਰਟੀਫਿਕੇਟ ਦੀ ਜਾਂਚ ਪੀਜੀਆਈ ਚੰਡੀਗੜ੍ਹ ਤੋਂ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਹੁਣ ਤੁਹਾਨੂੰ ਦੱਸਦੇ ਹਾਂ ਉਹ ਅੰਕੜਾ ਜਿਸ ਤੋਂ ਪਤਾ ਲੱਗਦਾ ਹੈ ਕਿ 5 ਸਾਲਾਂ ਦੇ ਵਿੱਚ ਕਿੰਨੇ ਭਾਰਤੀਆਂ ਨੇ ਭਾਰਤ ਦੀ ਨਾਗਰਿਕਤਾ ਛੱਡ ਕੇ ਹੋਰਨਾ ਮੁਲਕਾਂ ਦੀ ਨਾਗਰਿਕਤਾ ਲੈ ਲਈ ਹੈ ਕੁਝ ਸਾਲਾਂ ਦੇ ਵਿੱਚ ਨਾਗਰਿਕਤਾ ਤਿਆਗਣ ਵਾਲੇ ਭਾਰਤੀਆਂ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਹੋਇਆ ਹੈ ਭਾਰਤੀਆਂ ਦੀ ਗਿਣਤੀ 2017 ਦੇ ਵਿੱਚ 133049 ਸੀ ਤੇ 5 ਸਾਲਾਂ ਬਾਅਦ 31 ਅਕਤੂਬਰ 2022 ਤੱਕ ਇਹ ਵਧ ਕੇ 183741 ਹੋ ਗਈ ਹੈ ਯਾਨੀ ਕਿ ਲੰਘੇ 5 ਸਾਲਾਂ ਦੇ ਵਿੱਚ 183741 ਭਾਰਤੀਆਂ ਨੇ ਮੁਲਕ ਛੱਡ ਦਿੱਤਾ ਜਾਂ ਕਹਿ ਸਕਦੇ ਹਾਂ ਕਿ ਮੁਲਕ ਦੀ ਨਾਗਰਿਕਤਾ ਛੱਡ ਦਿੱਤੀ ਹੈ ਵਿਦੇਸ਼ ਰਾਜ ਮੰਤਰੀ ਵੀ ਮੁਰਲੀ ਤਰਨ ਨੇ ਲੋਕ ਸਭਾ ਦੇ ਵਿੱਚ ਲਿਖਤੀ ਜਵਾਬ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਭਾਰਤੀ ਜਲ ਸੈਨਾ ਦੇ ਵਿੱਚ ਅਗਨੀ ਵੀਰ ਦੀ ਭਰਤੀ ਦੇ ਰਾਹੀਂ 20 ਫੀਸਦੀ ਸੀਟਾਂ ਮਹਿਲਾ ਉਮੀਦਵਾਰਾਂ ਦੇ ਲਈ ਰਾਖਵੀਆਂ ਰੱਖ ਦਿੱਤੀਆਂ ਗਈਆਂ ਨੇ ਇਸ ਵਕਤ ਭਾਰਤੀ ਜਲ ਸੈਨਾ ਦੇ ਵਿੱਚ ਵੱਖ-ਵੱਖ ਅਹੁਦਿਆਂ ਦੇ ਉੱਤੇ 550 ਮਹਿਲਾ ਅਧਿਕਾਰੀ ਤਾਇਨਾਤ ਨੇ ਜੋ ਮਹਿਲਾ ਉਮੀਦਵਾਰ ਅਗਨੀ ਵੀਰ ਭਰਤੀ ਵਿੱਚ ਹਿੱਸਾ ਲੈਣਾ ਚਾਹੁੰਦੀਆਂ ਨੇ ਉਹਨਾਂ ਦੀ ਉਮਰ 17.5 ਸਾਲ ਤੋਂ 21 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ 10ਵੀਂ ਪਾਸ ਹੋਣੀ ਚਾਹੀਦੀ ਹੈ ਤੇ ਅਣਵਿਹਈਆਂ ਵੀ ਹੋਣੀਆਂ ਚਾਹੀਦੀਆਂ ਨੇ ਇਹ ਸਾਰੀਆਂ ਸ਼ਰਤਾਂ ਨੇ ਅਗਨੀ ਵੀਰ ਭਰਤੀ ਦੇ ਲਈ ਕੱਦ 152 ਇੰਚ ਯਾਨੀ ਕਿ 4 ਫੁੱਟ 11 ਇੰਚ ਹੋਣਾ ਚਾਹੀਦਾ ਹੈ ਤੇ ਇਸ ਭਰਤੀ ਵਿੱਚ ਲੜਕੀਆਂ ਦੇ ਲਈ ਉਚਾਈ ਦੇ ਵਿੱਚ ਕੁਝ ਛੋਟ ਦਿੱਤੀ ਗਈ ਹੈ ਇਸ ਬਾਰੇ ਪੂਰੀ ਜਾਣਕਾਰੀ ਤੁਸੀਂ ਜਲ ਸੈਨਾ ਦੀ ਭਾਰਤੀ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਭਾਰਤ ਦੇ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਜਿਹੜਾ ਕ੍ਰੇਜ਼ ਹੈ ਲਗਾਤਾਰ ਵੱਧ ਰਿਹਾ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰਤ ਵਿੱਚ 18 ਲੱਖ ਤੋਂ ਵੱਧ ਇਲੈਕਟ੍ਰਿਕ ਵਾਹਨ ਰਜਿਸਟਰਡ ਹੋ ਚੁੱਕੇ ਨੇ ਇਹਨਾਂ ਦੇ ਵਿੱਚ ਸਭ ਤੋਂ ਵੱਧ ਈਵੀਜ਼ ਯੂਪ ਦਿੱਲੀ ਅਤੇ ਮਹਾਰਾਸ਼ਟਰ ਦੇ ਵਿੱਚ ਰਜਿਸਟਰਡ ਹੋਏ ਨੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨੇ ਰਾਜ ਸਭਾ ਦੇ ਵਿੱਚ ਲਿਖਤੀ ਜਵਾਬ ਦੇ ਕੇ ਦੱਸਿਆ ਕਿ ਯੂਪੀ ਦੇ ਵਿੱਚ ਸਵਾ 4 ਲੱਖ ਦਿੱਲੀ ਦੇ ਵਿੱਚ ਪੌਣੇ 2 ਲੱਖ ਤੇ ਮਹਾਰਾਸ਼ਟਰ ਦੇ ਵਿੱਚ ਵੀ ਪੌਣੇ 1.2 ਲੱਖ ਦੇ ਕਰੀਬ ਇਲੈਕਟ੍ਰਿਕ ਵਾਹਨ ਰਜਿਸਟਰਡ ਕੀਤੇ ਗਏ ਨੇ ਦਿੱਲੀ ਦੇ ਸੰਸਨੀ ਖੇਜ਼ ਸ਼ਰਦਾ ਕਤਲकांड ਦੀ ਗੱਲ ਕਰ ਲਈਏ ਤਾਂ ਆਪਣੀ ਲਿਵ-ਇਨ ਪਾਰਟਨਰ ਸ਼ਰਦਾ ਵਾਕਰ ਦੇ ਕਤਲ ਦਾ ਮੁਲਜ਼ਮ ਆਫਤਾ ਪੁਨਾਵਾਲਾ ਜੋ ਇਸ ਵਕਤ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਉਸ ਨੂੰ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਸਾਕਿਤ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜੁਡੀਸ਼ੀਅਲ ਰਿਮਾਂਡ 14 ਦਿਨਾਂ ਤੱਕ ਅਦਾਲਤ ਨੇ ਇਸ ਦਾ ਹੋਰ ਵਧਾ ਦਿੱ ਸਾਲ ਦਾ ਮੁਲਜ਼ਮ ਆਫਤਾਬ ਜਿਸ ਨੇ ਸ਼ਰਦਾ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਸੀ ਕੱਟੇ ਹੋਏ ਸਰੀਰ ਦੇ ਅੰਗਾਂ ਨੂੰ ਦੱਖਣੀ ਦਿੱਲੀ ਦੇ ਛਤਰਪੁਰ ਦੇ ਜੰਗਲਾਂ ਦੇ ਵਿੱਚ ਸੁੱਟਣ ਤੋਂ ਪਹਿਲਾਂ ਫ੍ਰਿਜ ਦੇ ਵਿੱਚ ਸਟੋਰ ਕੀਤਾ ਸੀ ਇਸ ਦਰਮਿਆਨ ਸ਼ਰਦਾ ਵਾਕਰ ਦੇ ਪਿਤਾ ਵਿਕਾਸ ਵਾਕਰ ਨੇ ਆਪਣੀ ਧੀ ਦੇ ਲਿਵ-ਇਨ 파ਟਨਰ ਆਫਤਾਬ ਪੂਨਾਵਾਲਾ ਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਪਿਤਾ ਨੇ ਇਹ ਵੀ ਕਿਹਾ ਕਿ ਸ਼ਰਦਾ ਦੀ ਸ਼ਿਕਾਇਤ ਤੇ ਕਾਰਵਾਈ ਕਰਨ ਦੇ ਵਿੱਚ ਦੇਰੀ ਕਰਨ ਵਾਲੇ ਪਾਲਕਰ ਪੁਲਿਸ ਅਧਿਕਾਰੀਆਂ ਦੇ ਖਿਲਾਫ ਜਾਂਚ ਵੀ ਹੋਣੀ ਚਾਹੀਦੀ ਹੈ ਕਿਉਂਕਿ ਜੇ ਉਹ ਤੁਰੰਤ ਕਾਰਵਾਈ ਕਰਦੇ ਤਾਂ ਅੱਜ ਉਹਨਾਂ ਦੀ ਧੀ ਜਿਉਂਦੀ ਹੁੰਦੀ ਇਸ ਮੌਕੇ ਪਿਤਾ ਨੇ ਆਪਣੀ ਇਦੇ ਆਫਤਾਬ ਦੇ ਨਾਲ ਸਬੰਧਾਂ ਬਾਰੇ ਵੀ ਪਹਿਲੀ ਵਾਰ ਜ਼ਿਕਰ ਕਰਦੇ ਆ ਕਿ ਹਾਂ ਕਿ ਮੈਂ ਸ਼ਰਦਾ ਤੇ ਆਫਤਾਬ ਪੁਨਾ ਵਾਲਾ ਦੇ ਸਬੰਧਾਂ ਦੇ ਖਿਲਾਫ ਸੀ ਸ਼ਰਦਾ ਨਾਲ ਆਫਤਾਬ ਜੋ ਮਾਰਪੀਟ ਕਰ ਰਿਹਾ ਸੀ ਮਾਰਕੁੱਟ ਕਰ ਰਿਹਾ ਸੀ ਉਸ ਬਾਰੇ ਕਹਿੰਦੇ ਕੋਈ ਜਾਣਕਾਰੀ ਨਹੀਂ ਸੀ ਮੈਨੂੰ ਲੱਗਦਾ ਹੈ ਕਿ ਆਫਤਾਬ ਦੇ ਘਰ ਵਾਲਿਆਂ ਨੂੰ ਸਾਰਾ ਕੁਝ ਪਤਾ ਸੀ ਕਿ ਉਹਨਾਂ ਦਾ ਪੁੱਤ ਸ਼ਰਦਾ ਨਾਲ ਕੀ ਕੁਝ ਕਰ ਰਿਹਾ ਹੈ ਉਹਨਾਂ ਕਹਿੰਿਆ ਕਿ ਆਫਤਾਬ ਨੇ ਸ਼ਰਦਾ ਨੂੰ ਘਰ ਛੱਡਣ ਦੇ ਲਈ ਮਨਾਇਆ ਸੀ ਡੇਟਿੰਗ ਐਪਸ ਦੇ ਜ਼ਰੀਏ ਸ਼ਰਦਾ ਆਫਤਾਬ ਦੇ ਸੰਪਰਕ ਦੇ ਵਿੱਚ ਆਈ ਸੀ ਪਿਤਾ ਨੇ ਵੀ ਕਿਹਾ ਕਿ ਦਿੱਲੀ ਪੁਲਿਸ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ ਹੈ ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਿਵਿੰਦਰ ਫਣਵੀਸ ਨੇ ਵੀ ਉਹਨਾਂ ਨੂੰ ਨਿਆਂ ਦੇ ਲਈ ਭਰੋਸਾ ਦਿਵਾਇਆ ਹੈ ਰਾਜਸਥਾਨ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜੋਧਪੁਰ ਦੇ ਵਿੱਚ ਇੱਕ ਘਰ 'ਚ ਐਲਪੀਜੀ ਸਿਲੰਡਰ ਫਟਣ ਕਾਰਨ 5 ਜਣਿਆਂ ਦੀ ਮੌਤ ਹੋ ਗਈ 55 ਜਣੇ ਜ਼ਖਮੀ ਹੋ ਗਏ ਵਿਆਹ ਸਮਾਗਮ ਦੇ ਲਈ ਇਸ ਘਰ ਦੇ ਵਿੱਚ ਲੋਕ ਇਕੱਠੇ ਹੋਏ ਸਨ ਸ਼ੇਰਗੜ੍ਹ ਉਪ ਮੰਡਲ ਦੇ ਪਿੰਡ ਭੂਂਗੜਾ ਦੇ ਵਿੱਚ ਲੰਗੀ ਦੁਪਹਿਰ ਹੋਏ ਧੁਮਾਕੇ ਕਾਰਨ ਮਕਾਨ ਦਾ ਇੱਕ ਹਿੱਸਾ ਵੀ ਟਹਿ ਟੇਰੀ ਹੋ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਜ਼ਖਮੀ 80 ਤੋਂ 1 ਸਿੰਘ ਦੇ ਘਰੇ ਮਹਿਮਾਨ ਇਕੱਠੇ ਹੋਏ ਸਨ ਤੇ ਉਹਨਾਂ ਦੇ ਲਈ ਭੋਜਨ ਤਿਆਰ ਕੀਤਾ ਜਾ ਰਿਹਾ ਸੀ ਜਦੋਂ ਘਰ ਦੇ ਸਟੋਰ ਰੂਮ ਚ ਰੱਖੇ ਸਿਲੰਡਰ ਨੂੰ ਅੱਗ ਲੱਗ ਗਈ ਤੇ ਗੈਸ ਲੀਕ ਹੋਣ ਕਰਕੇ ਫਟ ਗਿਆ ਜ਼ਖਮੀਆਂ ਨੂੰ ਜੋਧਪੁਰ ਦੇ ਮਹਾਤਮਾ ગાંધી ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਤੋਂ ਬਾਅਦ ਇੱਥੇ ਲੀਡਰਾਂ ਦਾ ਆਉਣਾ ਜਾਣਾ ਜਾਰੀ ਹੈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਜੋਧਪੁਰ ਪਹੁੰਚ ਕੇ ਮਰੀਜ਼ਾਂ ਦਾ ਹਾਲਚਲ ਜਾਣਿਆ ਤੇ ਮੁਆਵਜ਼ੇ ਦਾ ਭਰੋਸਾ ਵੀ ਦਿੱਤਾ ਭਾਰਤੀ ਰੇਲ ਮੰਤਰੀ ਅਸ਼ਵਨੀ ਵੈਸ਼ਨਮ ਨੇ ਰੇਲਵੇ ਦੇ ਨਿੱਜੀਕਰਨ ਤੇ ਸਵਾਲ ਦਾ ਜਵਾਬ ਦਿੱਤਾ ਹੈ ਸਦਨ ਦੇ ਵਿੱਚ ਉਹਨਾਂ ਸਵਾਲ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਦਾਵਾ ਕੀਤਾ ਹੈ ਕਿ ਰੇਲਵੇ ਦਾ ਨਿੱਜੀਕਰਨ ਨਹੀਂ ਹੋਵੇਗਾ ਸਰਕਾਰ ਨੇ ਡ੍ਰੇਡ ਇਰਾਦੇ ਦੇ ਨਾਲੇ ਫੈਸਲਾ ਲਿਆ ਹੈ ਯਾਨੀ ਕਿ ਭਾਰਤੀ ਰੇਲ ਦਾ ਨਿੱਜੀਕਰਨ ਨਹੀਂ ਹੋਵੇਗਾ ਹਾਲਾਂਕਿ ਇਸ ਸੰਬੰਧੀ ਕੋਈ ਪੁਖਤਾ ਸਬੂਤ ਨਹੀਂ ਮਿਲ ਸਕੇ ਏਸ਼ੀਆ ਵਿਕਾਸ ਬੈਂਕ ਨੇ ਦੱਸਿਆ ਕਿ ਉਸਨੇ ਭਾਰਤ ਦੇ ਵਿਆਪਕ ਸੁਧਾਰਾਂ ਦੇ ਲਈ 25 ਕਰੋੜ ਅਮਰੀਕੀ ਡਾਲਰ ਦਾ ਕਰਜ਼ਾ ਪਾਸ ਕੀਤਾ ਹੈ ਯਾਨੀ ਕਿ ਏਡੀਬੀ ਨੇ ਭਾਰਤ ਨੂੰ 25 ਕਰੋੜ ਡਾਲਰ ਦਾ ਕਰਜ਼ਾ ਦਿੱਤਾ ਹੈ ਸੁਪਰੀਮ ਕੋਰਟ ਨੇ ਆਰਟੀਆਈ ਇਕਤਾਇਤ 12 ਦਸੰਬਰ 2018 ਨੂੰ ਹੋਈ ਕਾਲਜਿਅਮ ਮੀਟਿੰਗ ਦਾ ਖੁਲਾਸਾ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਵੇਰਵੇ ਮੰਗਣ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਕਾਲਜਿਅਮ ਬਹੁ ਮੈਂਬਰੀ ਸੰਸਥਾ ਹੈ ਤੇ ਇਸ ਦੇ ਆਰਜੀ ਫੈਸਲੇ ਜਨਤਕ ਨਹੀਂ ਕੀਤੇ ਜਾ ਸਕਦੇ। ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਅਤੇ ਤਿੰਨ ਹੋਰਾਂ ਦੇ ਖਿਲਾਫ ਭ੍ਰਿਸ਼ਟਾਚਾਰ ਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ ਤੈਅ ਕੀਤੇ ਨੇ ਜਿਨ੍ਹਾਂ ਦੇ ਵਿੱਚ ਕਥਿਤ ਤੌਰ ਤੇ ਆਪਣੇ ਅਧਿਕਾਰਿਤ ਅਹੁਦੇ ਦੀ ਦੁਰਵਰਤੋਂ ਕਰਨ ਅਤੇ ਗੈਰ ਕਾਨੂੰਨੀ ਤੌਰ ਤੇ ਲੋਕ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਨਿਯੁਕਤ ਕਰਕੇ ਵਿੱਤੀ ਲਾਭ ਹਾਸਲ ਕਰਨ ਦੇ ਦੋਸ਼ ਲੱਗੇ ਨੇ ਤੇ ਸੱਚਮੁੱਚ ਬਹੁਤ ਵੱਡੀ ਖਬਰ ਹੈ ਕਿ ਜੇ ਇਹ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਖਿਲਾਫ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ ਜੇ ਸਾਬਿਤ ਹੋ ਜਾਂਦੇ ਨੇ ਤਾਂ ਇੱਕ ਕਮਿਸ਼ਨ ਦੀ ਚੇਅਰਪਰਸਨ ਹੋਣ ਦੇ ਵਜੋਂ ਇੱਕ ਬਹੁਤ ਗੰਭੀਰ ਇਲਜ਼ਾਮ ਇਸ ਨੂੰ ਮੰਨਿਆ ਜਾਵੇਗਾ ਇਹ ਮਾਮਲਾ ਬੀਜੇਪੀ ਲੀਡਰ ਅਤੇ ਡੀਸੀਡਬਲਯੂ ਦੀ ਸਾਬਕਾ ਚੇਅਰਪਰਸਨ ਵਰਖਾ ਸ਼ੁਕਲਾ ਦੇ ਵੱਲੋਂ 2016 ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਦੇ ਕੋਲ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ ਭਾਰਤੀ ਮੂਲ ਦੀ ਸੁਸ਼ਮિતા ਸ਼ੁਕਲਾ ਨੂੰ ਨਿਊਯਾਰਕ ਦੇ ਵਿੱਚ ਫੈਡਰਲ ਰਿਜ਼ਰਵ ਬੈਂਕ ਦੀ ਪਹਿਲੀ ਉਪ ਪ੍ਰਧਾਨ ਅਤੇ ਮੁੱਖ ਸੰਚਾਲਨ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਹੁਣ ਉਹ ਇਸ ਪ੍ਰਕਾਰੀ ਕੇਂਦਰੀ ਬੈਂਕ ਦੀ ਦੂਸਰੀ ਉੱਚ ਅਧਿਕਾਰੀ ਬਣ ਗਈ ਹੈ ਯਾਨੀ ਕਿ ਅਮਰੀਕਾ ਦੇ ਵਿੱਚ ਜਿਹੜੀ ਫੈਡਰਲ ਰਿਜ਼ਰਵ ਬੈਂਕ ਹੈ ਉਸ ਦੀ ਉਪ ਪ੍ਰਧਾਨ ਭਾਰਤੀ ਮੂਲ ਦੀ ਮਹਿਲਾ ਬਣ ਗਈ ਹੈ ਅਗਲੀ ਖਬਰ ਵੀ ਅਮਰੀਕਾ ਤੋਂ ਹੀ ਹੈ ਜਿੱਥੋਂ ਦੀ ਘਰੇਲੂ ਰਾਜਨੀਤੀ ਦੇ ਵਿੱਚ ਏਸ਼ੀਆਈ ਅਮਰੀਕੀਆਂ ਦੀ ਵੱਧਦੀ ਪ੍ਰਭਾਵਸ਼ਾਲੀ ਭੂਮਿਕਾ ਦੇ ਮੱਦੇ ਨਜ਼ਰ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਕਾਇਮ ਕਮਿਸ਼ਨ ਨੇ ਵਾਈਟ ਹਾਊਸ ਨੂੰ ਰਾਸ਼ਟਰਪਤੀ ਦੇ ਸਾਰੇ ਭਾਸ਼ਣ ਹਿੰਦੀ ਅਤੇ ਕਈ ਹੋਰ ਭਾਸ਼ਾਵਾਂ ਦੇ ਵਿੱਚ ਅਨੁਵਾਦ ਕਰਨ ਦੀ ਅਪੀਲ ਕੀਤੀ ਹੈ ਕਮਿਸ਼ਨ ਨੇ ਕਿਹਾ ਕਿ ਉਹਨਾਂ ਭਾਸ਼ਾਵਾਂ ਦੇ ਵਿੱਚ ਭਾਸ਼ਣ ਅਨੁਵਾਦ ਹੋਣੇ ਚਾਹੀਦੇ ਨੇ ਜੋ ਵੱਤਵਤ ਅਮਰੀਕੀ ਲੋਕ ਬੋਲਦੇ ਨੇ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਵੱਲੋਂ ਦਿੱਤੇ ਭਾਸ਼ਣ ਹੁਣ ਤੱਕ ਸਿਰਫ ਅੰਗਰੇਜ਼ੀ ਦੇ ਵਿੱਚ ਹੀ ਉਪਲਬਧ ਹੁੰਦੇ ਨੇ ਰੂਸ ਦੇ ਵਿੱਚ ਕੈਦ ਅਮਰੀਕੀ ਬਾਸਕਟਬਾਲ ਖਿਡਾਰੀਨ ਬ੍ਰਿਟਨੀ ਗਰੀਨਰ ਨੂੰ ਕੈਦੀ ਅਦਲਾ ਬਦਲੀ ਸਮਝੌਤੇ ਤਹਿਤ ਰਿਹਾ ਕਰ ਦਿੱਤਾ ਹੈ ਯਾਨੀ ਕਿ ਯੂਕਰੇਨ ਯੁੱਧ ਦੌਰਾਨ ਰੂਸ ਤੇ ਅਮਰੀਕਾ ਨੇ ਇੱਕ ਦੂਸਰੇ ਮੁਲਕ ਦੇ ਕੈਦੀਆਂ ਨੂੰ ਰਿਹਾ ਕਰ ਦਿੱਤਾ ਬ੍ਰਿਟਨੀ ਗਰੀਨਰ ਨੂੰ ਰੂਸ ਦੀ ਅਦਾਲਤ ਨੇ ਡਰੱਗ ਤਸਕਰੀ ਦਾ ਦੋਸ਼ੀ ਠਹਿਰਾਇਆ ਸੀ ਉਸ ਦੀ ਰਿਹਾਈ ਦੇ ਬਦਲੇ ਅਮਰੀਕੀ ਰੂਸੀ ਨਾਗਰਿਕ ਵਿਕਟਰ ਬਾਉਟ ਨੂੰ ਰਿਹਾ ਕੀਤਾ ਗਿਆ ਵਿਕਟਰ ਬਾਉਟ ਹਥਿਆਰਾਂ ਦੀ ਤਸਕਰੀ ਦੇ ਦੋਸ਼ ਵਿੱਚ ਅਮਰੀਕਾ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ ਬਰਤਾਨੀਆ ਜਾਪਾਨ ਅਤੇ ਇਟਲੀ ਨੇ ਕਿਹਾ ਕਿ ਉਹ ਅਗਲੀ ਪੀੜੀ ਦੇ ਲੜਾਕੂ ਜਹਾਜ਼ ਬਣਾਉਣ ਦੇ ਲਈ ਹੱਥ ਮਿਲਾ ਰਹੇ ਨੇ ਯਾਨੀ ਕਿ ਤਿੰਨੇ ਮੁਲਕ ਇਕੱਠੇ ਹੋ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਛੇਤੀ ਹੀ ਇਸ ਸਮਝੌਤੇ ਦਾ ਐਲਾਨ ਕਰ ਸਕਦੇ ਨੇ ਨਵਾਂ ਲੜਾਕੂ ਜਹਾਜ਼ 2030 ਦੇ ਮੱਦ ਤੱਕ ਤਿਆਰ ਹੋ ਜਾਏਗਾ ਇਸ ਵਿੱਚ ਹਵਾ ਨਾਲ ਹਵਾ ਦੇ ਵਿੱਚ ਲੜਨ ਦੀ ਸਮਰੱਥਾ ਸ਼ਾਮਲ ਹੋਵੇਗੀ ਇਸ ਦੇ ਨਾਲ ਹੀ ਇਹ ਜਹਾਜ਼ ਦੁਸ਼ਮਣ ਦੀ ਨਜ਼ਰਾਂ ਤੋਂ ਵੀ ਬਚ ਸਕਣਗੇ ਇਹਦੇ ਵਿੱਚ ਆਧੁਨਿਕ ਸੈਂਸਰਾਂ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਵੇਗੀ ਜਿਹੜੀ ਲੋਡ ਪੈਨ ਤੇ ਪਾਇਲਟ ਦੀ ਮਦਦ ਕਰੇਗੀ ਤੇ ਇਹ ਜਹਾਜ਼ ਹੌਲੀ-ਹੌਲੀ ਟਾਈਫੂਨ ਜੈੱਟ ਦੀ ਥਾਂ ਲੈ ਲਵੇਗਾ ਅਮਰੀਕਾ ਨੇ ਭਾਰਤ ਦੀ ਵੱਡੀ ਪ੍ਰਸ਼ੰਸਾ ਕੀਤੀ ਹੈ ਅਮਰੀਕਾ ਦੇ ਜੋ ਬਾਈਡਨ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਭਾਰਤ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ਵ ਦੀ ਮਹਾਸ਼ਕਤੀ ਬਣ ਜਾਏਗਾ ਪੀਟੀਆਈ ਦੇ ਮੁਤਾਬਿਕ ਅਮਰੀਕੀ ਅਧਿਕਾਰੀ ਕਰਟ ਕੈਂਪਬੈਲ ਨੇ ਐਸਪੈਂਸ ਸਿਕਿਉਰਿਟੀ ਫੋਰਮ ਦੇ ਵਿੱਚ ਭਾਰਤ ਨਾਲ ਜੁੜੇ ਇੱਕ ਸਵਾਲ ਤੇ ਇਹ ਗੱਲ ਕਹੀ ਕਿ ਭਾਰਤ ਦੀ ਇੱਕ ਵਿਸ਼ੇਸ਼ ਰਣਨੀਤਿਕ ਸਥਿਤੀ ਹੈ ਇਹ ਸਿਰਫ ਅਮਰੀਕਾ ਦਾ ਸਹਿਯੋਗੀ ਨਹੀਂ ਹੋਵੇਗਾ ਬਲਕਿ ਇੱਕ ਸੁਤੰਤਰ ਤੇ ਸ਼ਕਤੀਸ਼ਾਲੀ ਦੇਸ਼ ਵੀ ਭਾਰਤ ਬਣਨਾ ਚਾਹੁੰਦਾ ਹੈ ਤੇ ਇੱਕ ਦਿਨੇ ਮਹਾਸ਼ਕਤੀ ਬਣੇਗਾ ਕਹਿੰਦੇ ਮੈਨੂੰ ਲੱਗਦਾ ਹੈ ਕਿ ਸਾਡੀ ਰਣਨੀਤਿਕ ਪਾਈਵਲ ਪਾਈਵਾਲੀ ਹਰ ਖੇਤਰ ਦੇ ਵਿੱਚ ਵਧੇਗੀ ਬਰਤਾਨੀਆ ਤੋਂ ਖਬਰ ਹੈ ਜਿੱਥੇ ਭਾਰਤੀ ਮੂਲ ਦੇ ਇੱਕ ਡਰਾਈਵਰ ਨੂੰ ਸੜਕ ਹਾਦਸੇ ਦੇ ਵਿੱਚ ਗਰਭਵਤੀ ਔਰਤ ਅਤੇ ਉਸਦੇ ਪਿਤਾ ਦੀ ਮੌਤ ਲਈ ਜ਼ਿੰਮੇਵਾਰ ਕਰਾਰ ਦਿੰ ਕੈਦ ਦੀ ਸਜ਼ਾ ਸੁਣਾਈ ਗਈ ਹੈ ਚਾਲਕ ਨੇ ਆਪਣੀ ਕਾਰ ਨਾਲ ਉਸ ਕਾਰ ਨੂੰ ਟੱਕਰ ਮਾਰ ਦਿੱਤੀ ਸੀ ਜਿਦੇ ਵਿੱਚ ਪੰਜ ਜੀਆਂ ਦਾ ਪਰਿਵਾਰ ਸਫ਼ਰ ਕਰ ਰਿਹਾ ਸੀ ਨਿਤੇਸ਼ ਵਿਸੈਂਡਰੀ ਨੇ 10 ਅਗਸਤ ਨੂੰ ਆਪਣੀ ਕਾਰ ਤੋਂ ਸੰਤੁਲਨ ਗੁਆ ਲਿਆ ਸੀ ਯਾਨੀ ਕਿ ਆਪਣੀ ਕਾਰ ਦਾ ਸੰਤੁਲਨ ਉਹ ਗੁਆ ਬੈਠਿਆ ਸੀ ਜਿਸ ਕਾਰਨ 81 ਸਾਲਾ ਬਜ਼ੁਰਗ ਅਤੇ ਉਸ ਦੀ ਗਰਭਤੀ ਧੀ ਨੋਗਾ ਸੇਲਾ ਜਿਸ ਦੀ ਉਮਰ 37 ਸਾਲ ਸੀ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਸੇਲਾ ਦਾ ਪਤੀ ਉਸਤਾ ਪੁੱਤਰ ਅਤੇ ਤੀ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਸਨ ਅਤੇ ਜਿਹੜਾ ਦੋਸ਼ੀ ਹੈ ਭਾਰਤੀ ਮੋਲ ਦਾ ਚਾਲਕ ਨितीश ਉਸਦੀ ਉਮਰ ਮਹਸ 31 ਸਾਲ ਹੈ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਲਗਾਤਾਰ ਤੀਜਾ ਦਿਨ ਰਿਹਾ ਤੀਜਾ ਦਿਨ ਹੰਗਾਮੇ ਦੀ ਭੇਟ ਚੜਿਆ ਹੈ ਲੋਕ ਸਭਾ ਦੇ ਵਿੱਚ ਕਾਂਗਰਸ ਲੀਡਰ ਅਧਿਰੰਜਨ ਚੌਧਰੀ ਨੇ ਨੋਟਬੰਦੀ ਬਾਰੇ ਸਰਕਾਰ ਦੇ ਨਿਸ਼ਾਨਾ ਸਾਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਦਮ ਦੇ ਪਿੱਛੇ ਜਿਹੜੇ ਉਦੇਸ਼ਾਂ ਦਾ ਜ਼ਿਕਰ ਕੀਤਾ ਸੀ ਉਹਨਾਂ 'ਚ ਕੋਈ ਵੀ ਪੂਰਾ ਨਹੀਂ ਹੋਇਆ ਇਸ ਦਾ ਜਵਾਬ ਦਿੰਦੇ ਹੋਏ ਬੀਜੇਪੀ ਦੇ ਸੰਸਦ ਮੈਂਬਰ ਸ਼ੀਕਾਤ ਦੁੱਬੇ ਨੇ ਕਿਹਾ ਕਿ ਕਾਂਗਰਸ ਕਰਕੇ ਕਾਲਾ ਧਨ ਵਧਿਆ ਹੈ ਕਾਲਾ ਧਨ ਜਮਾ ਕਰਨ ਵਾਲਿਆਂ ਦਾ ਕਾਂਗਰਸ ਸਮਰਥਨ ਕਰਦੀ ਹੈ ਤੇ ਸਦਨ ਦੇ ਵਿੱਚ ਸਿਫਰ ਕਾਲ ਦਰਾਂ ਨੇ ਮੁੱਦਾ ਚੁੱਕਦੇ ਹੋਏ ਚੌਧਰੀ ਨੇ ਦਾਵਾ ਕੀਤਾ ਕਿ ਦੇਸ਼ ਦੀ ਆਰਥਿਕ ਸਥਿਤੀ ਡਾਵੰਡੋਲ ਹੋ ਗਈ ਹੈ ਮੁੱਖ ਕਾਰਨ ਨੋਟਬੰਦੀ ਨੂੰ ਬਿਨਾਂ ਸੋਚੇ ਸਮਝੇ ਲਾਗੂ ਕਰਨਾ ਹੈ ਹੁਣ ਇਹ ਸਾਬਤ ਹੋ ਗਿਆ ਕਿ ਨੋਟਬੰਦੀ ਦਾ ਇੱਕ ਵੀ ਉਦੇਸ਼ ਪੂਰਾ ਨਹੀਂ ਹੋਇਆ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਾਲਾ ਧਨ ਵਾਪਸ ਆਊਗਾ ਨਕਲੀ ਨੋਟ ਨਹੀਂ ਬਚਣਗੇ ਅਤਵਾਦ ਖਤਮ ਹੋ ਜਾਊਗਾ ਇੱਕ ਵੀ ਉਦੇਸ਼ ਪੂਰਾ ਨਹੀਂ ਹੋਇਆ ਸਗੋਂ ਨੋਟਬੰਦੀ ਮੌਕੇ ਦੇਸ਼ ਵਿੱਚ 18 ਲੱਖ ਕਰੋੜ ਰੁਪਏ ਦੀ ਨਕਦੀ ਸੀ ਜਿਹੜੀ ਹੁਣ 30 ਲੱਖ ਕਰੋੜ ਰੁਪਏ ਦੀ ਹੋ ਗਈ ਹੈ ਉਧਰ ਰਾਜ ਸਭਾ ਦੇ ਵਿੱਚ ਲਖੀਮਪੁਰ ਖੀਰੀ ਕਤਲ ਕਾਂਡ ਮਾਮਲੇ ਨੂੰ ਲੈ ਕੇ ਹੰਗਾਮਾ ਹੋਇਆ ਭਾਜਪਾ ਦੇ ਸੰਸਦ ਮੈਂਬਰ ਸੀਸ਼ ਚੰਦਰ ਦੂਬੇ ਨੇ ਬ ਚੌਧਰੀ ਨੇ ਲਖੀਮਪੁਰ ਖੀਰੀ ਕਾਂਢੇ ਸਾਲ ਬਾਅਦ ਵੀ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਦੀ ਗੱਲ ਕਹੀ ਯੂਪੀ ਦੇ ਵਿੱਚ ਕਿਸਾਨਾਂ ਦੇ ਮੁਆਵਜ਼ੇ ਦੇ ਮੁੱਦੇ ਨੇ ਸੱਤਾਧਾਰੀ ਬੀਜੇਪੀ ਦੇ ਮੈਂਬਰਾਂ ਦਾ ਪਾਰਾ ਚੜਾ ਦਿੱਤਾ ਵਿਹਾਰ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੇ ਮੁੱਦੇ ਤੇ ਰਾਸ਼ਟਰੀ ਜਨਤਾ ਪੱਤਰ ਜਨਤਾ ਪੱਤਰ ਯੂ ਅਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਖੜੇ ਹੋ ਕੇ ਪਾਰੀ ਇਤਰਾਜ਼ ਵੀ ਜਤਾਇਆ ਪ੍ਰਾਈਮ ਟਾਈਮ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ ਧੰਨਵਾਦ